ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ ਦੋਸਤੋ ਗੱਲ ਕਰਨ ਜਾ ਰਹੇ ਹਾਂ ਕਾਰਨ ਆਇਲਾ ਤਾਂ ਦੱਸ ਨੇ ਦੋਸਤੋ ਕਾਰਨ ਆਇਲਾ ਦੀ ਰੀਸੈਂਟਲੀ ਐਲਬਮ ਰਿਲੀਜ਼ ਹੋਈ ਸੀ ਮੇਕਿੰਗ ਮੈਮਰੀਜ਼ ਜੋ ਹਾਲੇ ਤੱਕ ਕਈ ਪਲੇਟਫਾਰਮਜ਼ ਦੇ ਉੱਪਰ ਟ੍ਰੈਂਡ ਕਰਦੀ ਪਈ ਹੈ ਨੰਬਰ 1 ਤੇ ਚੱਲਦੀ ਪਈ ਹੈ ਇਸ ਐਲਬਮ ਦੇ ਕਈ ਗਾਣੇ ਇਹੋ ਜਿਹੇ ਹੈਗੇ ਨੇ ਜਿੰਦੇ ਉੱਪਰ ਸੋਸ਼ਲ ਮੀਡੀਆ ਤੇ 1 ਮਿਲੀਅਨ ਤੋਂ ਉੱਪਰ ਰੀਲਸ ਬਣ ਚੁੱਕੀਆਂ ਨੇ ਇੱਥੋਂ ਪਤਾ ਲੱਗਦਾ ਹੈ ਕਿ ਕਾਰਨ ਆਇਲਾ ਦੀ ਇਸ ਐਲਬਮ ਦਾ ਜਿਹੜਾ ਕਰੇਜ਼ ਹੈਗਾ ਕਿੰਨਾ ਬਰਕਰਾਰ ਹੈ ਹੁਣ ਦੱਸਦੇ ਨੇ ਕਿ ਹਾਣੀ ਸਿੰਘ ਵੱਲੋਂ ਕਈ ਐਲਬम्स ਅਨਾਉਂਸ ਕੀਤੀਆਂ ਹੋਈਆਂ ਨੇ ਇੰਟਰ ਉਹ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਹਣੀ ਸਿੰਘ ਇਕਵਰੀ ਫੇਅਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਮਬੈਕ ਕਰਨ ਜਾ ਰਹੇ ਨੇ ਆਪਣੀ ਇਹਨਾਂ ਐਲਬਮਸ ਨਾਲ। ਕਹਿਿਆ ਵੀ ਜਾ ਰਿਹਾ ਕਿ ਕਰਨ ਔਇਲਾ ਵੀ ਹਣੀ ਸਿੰਘ ਦੇ ਨਾਲ ਛੇਤੀ ਨਜ਼ਰ ਆ ਸਕਦੇ ਨੇ ਉਹਨਾਂ ਦੇ ਨੈਕਸਟ ਟਰੈਕ ਦੇ ਵਿੱਚ। ਔਰ ਫਿਲਹਾਲ ਦੇ ਵਿੱਚ ਹਣੀ ਸਿੰਘ ਦੀ ਇੰਟਰਨੈਸ਼ਨਲ ਵਿਲੇਜਰ ਦੀ ਡਬਿੰਗ ਚੱਲਦੀ ਪਈ ਹੈ। ਇਸ ਐਲਬਮ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਕਰਨ ਔਇਲਾ ਦੇ ਨਾਲ ਹਣੀ ਸਿੰਘ ਕੋਲਾਬ ਕਰ ਸਕਦੇ ਨੇ। ਹਾਲਕਿ ਇਹਦੇ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ, ਲੇਕਿਨ ਦੋਸਤ ਤੁਹਾਨੂੰ ਦੱਸ ਦਿੰਨੇ ਕਿ ਬਾਸ਼ਾ ਨਾਲ ਕੋਲਾਬ ਕਰਨ ਤੋਂ ਬਾਅਦ ਕਾਫੀ ਜ਼ਿਆਦਾ ਇਹ ਚਾਂਸ ਹੈਗਾ ਕਿ ਹਣੀ ਸਿੰਘ ਨਾਲ ਵੀ ਕਰ ਸਕਦੇ ਨੇ ਇਸ ਤੋਂ ਪਹਿਲਾਂ ਬੋਹੀਮੇ ਨਾਲ ਵੀ ਕੋਲਾਬ ਕਰ ਚੁੱਕੇ ਨੇ ਕਰਨ ਔਜਲਾ ਤੇ ਹੁਣ ਹਾਨੀ ਸਿੰਘ ਨਾਲ ਕਰਨ ਔਜਲਾ ਦੀ ਆਉਣ ਵਾਲੀ ਕੋਲਾਬੋਰੇਸ਼ਨ ਦੇਖਣ ਵਾਲੀ ਹੋਏਗੀ ਨਾਲ ਤੁਹਾਨੂੰ ਇਹ ਵੀ ਪਤਾ ਆਏਗਾ ਕਿ ਕਰਨ ਔਜਲਾ ਦੀ ਆਪਣੀ ਵੀ ਐਲਬਮ ਅਨਾਉਂਸ ਕੀਤੀ ਹੋਈ ਹੈ ਉਹਨਾਂ ਨੇ ਕਿਹਾ ਸੀ ਕਿ ਵਿంటర్ ਦੇ ਵਿੱਚ ਨੈਕਸਟ ਐਲਬਮ ਦੀ ਤਿਆਰੀ ਹੈ ਇਸ ਦੀ ਰਿਲੀਜ਼ ਡੇਟ ਵੀ ਛੇਤੀ ਸਾਹਮਣੇ ਆ ਸਕਦੀ ਹੈ ਬਾਕੀ ਦੋਸਤੋ ਹੋਰ ਅਪਡੇਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਹੋਰ ਵੀਡੀਓਸ ਨਾਲ ਧੰਨਵਾਦ